ਕੇ ਕੀਤੀ ਜਾਵੇ ਮਿੱਤਰੋ ਦੇ ਵਰਗੀ ਸੈਰ ਨਹੀਂ, ਜੇਠ ਹਾੜ ਦੀਆਂ ਧੁੱਪਾਂ ਵਰਗੀ ਮਿੱਤਰੋ ਕੋਈ ਦੁਪਹਿਰ ਨਹੀਂ, ਮੱਲਿਆਂ ਦੀ ਬੇਰੀ ਵਰਗਾ ਕਹਿੰਦੇ ਮੱਲਿਆਂ ਦੀ ਬੇਰੀ ਵਰਗਾ ਕਹਿੰਦੇ ਕੋਈ ਵੇਰ ਨਹੀਂ, ਉੱਤੇ ਜੇ ਕਿਤੇ ਪੰਗਾ ਲੈ ਲਿਆ ਜਨਕੋਨੀਅਨਸ ਨਾਲ ਤਾਂ ਸਮਝੋ ਵੀ ਉਹ ਬਈ ਆਵਾਜ਼ ਨਹੀਂ ਆਈ, ਆਵਾਜ਼ ਨਹੀਂ ਆਈ ਤੁਹਾਡੀ, ਸਮਝੋ ਸਾਰਿਆਂ ਨੂੰ। ਮੈਂ ਰਿਦਮ, ਮੈਂ ਜਸਮੀਤ, ਤੁਹਾਡੇ ਸਾਰਿਆਂ ਦਾ ਅੱਜ ਦੇ ਆਨੰਦ ਉਤਸਵ ਵਿੱਚ ਸਵਾਗਤ ਕਰਦੀ ਹਾਂ। ਤਾਂ ਹੋਰ ਵੀ ਪੰਜਾਬੀ ਹੋ, ਕੀ ਕਹਿੰਦਾ ਫਿਰ ਤੁਹਾਡਾ ਜੋਸ਼? ਓਏ ਸਾਰੇ ਸੁੱਤੇ ਪਏ ਹੋ ਕੇ, ਰੋਲਾ ਨਹੀਂ ਸੁਣ ਰਿਹਾ? ਉਹ ਥੋੜਾ ਜੋਸ਼ ਦਿਖਾਉਂਗੇ ਤਾਂ ਹੀ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਕਰੀਏ ਸ਼ੁਰੂ। ਕਹਿੰਦੇ ਰਚ ਰਚ ਕੇ ਪਿਆਰ ਮਨਾ ਲਈਏ, ਨੱਚ ਨੱਚ ਕੇ ਯਾਰ ਮਨਾ ਲਈਏ, ਸਾਨੂੰ ਨੱਚਣਾ ਮਨਾ ਕਰੇ ਨਾ ਕੋਈ, ਐਸਾ ਸਿੱਖਿਆ ਕਰਨਾ ਪਿਆਰ ਨੱਚ ਕੇ, ਕੀ ਹੋਇਆ ਬੁੱਲੇ ਸ਼ਾਹ ਨੱਚਿਆ ਤੇ, ਕੀ ਹੋਇਆ ਬੁੱਲੇ ਸ਼ਾਹ ਨੱਚਿਆ ਤੇ, ਮਜਨੂੰ ਦਾ ਦੀਦਾਰ ਪਾਇਆ ਨੱਚ ਕੇ, ਸਾਡੇ ਨੱਚਣ ਦੀ ਸਾਰ ਉਹ ਕੀ ਜਾਣੇ, ਸਾਡੇ ਨੱਚਣ ਦੀ ਸਾਰ ਉਹ ਕੀ ਜਾਣੇ, ਜਿਹਨੇ ਵੇਖਿਆ ਨੀ ਇੱਕ ਵਾਰ ਨੱਚ ਕੇ, ਉਹ ਜਿਹਨੇ ਵੇਖਿਆ ਨੀ ਇੱਕ ਵਾਰ ਨੱਚ ਕੇ। Transcending times, containing pieces of every single known culture, showing the beauty that is in the moment and telling us a story. Dance, my dear, does it all. Being vital to us, connecting us back to culture and our roots, celebration will never be a thing of past. People always feel and always want to express their emotions. Dance is something that will never let it go away. Hence, with this, let us get started with our next event, that is group dance. Are you guys excited? ਕਹਾਂ ਜੀ ਫਿਰ ਮਿੱਤਰੋ, ਇੰਟਰੋ ਤੋਂ ਤਾਂ ਸਮਝ ਹੀ ਗਏ ਹੋਣਗੇ, ਹੁਣ ਸ਼ੁਰੂ ਕੀ ਹੋਣ ਜਾ ਰਿਹਾ, ਉਹ ਹੈ ਗਰੁੱਪ ਡਾਂਸ। ਤਾਂ ਉਹਦੇ ਲਈ ਵੀ ਕੁਝ ਲਾਈਨਾਂ ਨੇ। ਇੱਕ ਪਾਸੇ ਰੂਪ ਮੁਟਿਆਰਾਂ ਦਾ, ਇੱਕ ਪਾਸੇ ਰੂਪ ਮੁਟਿਆਰਾਂ ਦਾ, ਇੱਕ ਪਾਸੇ ਗੱਭਰੂਆਂ ਦੇ ਧਮਾਲ, ਇੱਕ ਪਾਸੇ ਨਾਗ ਜੀਆਂ ਮੇਲਣ, ਦੂਜੇ ਪਾਸੇ ਭਲਵਾਨੀ ਚਾਲ, ਇੱਕ ਪਾਸੇ ਪੱਕੀਆਂ ਸਹੇਲੀਆਂ, ਇੱਕ ਪਾਸੇ ਪੱਕੀਆਂ ਸਹੇਲੀਆਂ, ਦੂਜੇ ਪਾਸੇ ਜੁੰਡੀ ਦੇ ਯਾਰ, ਇਕੱਠੇ ਨੱਚਦਿਆਂ ਨੂੰ ਵੇਖ ਇੰਜ ਲੱਗਦਾ ਜਿਉਂ ਆਈ ਬਹਾਰ, ਜਿਉਂ ਆਈ ਬਹਾਰ। ਤਾਂ ਹਾਂਜੀ ਫਿਰ ਸਮਝ ਤਾਂ ਗਈ ਹੋ ਕਿਸ ਚੀਜ਼ ਬਾਰੇ ਗੱਲ ਹੋ ਰਹੀ ਹੈ, ਬੁਲਾ ਲਈਏ ਫਿਰ ਆਪਣੀ ਅਗਲੀ ਟੀਮ ਨੂੰ, ਬੁਲਾਈਏ ਕਿ ਨਹੀਂ? ਲਓ ਜੀ, ਹੁਣ ਤੁਹਾਡੇ ਸਾਹਮਣੇ ਪੇਸ਼ ਹੈ CAC ਗਰੁੱਪ 1 ਦੇ ਸੋਹਣੇ ਗੱਭਰੂ ਮੁਟਿਆਰਾਂ ਦਾ ਭੰਗੜਾ, ਭੰਗੜਾ ਤੇ ਭੰਗੜਾ। ਜੱਜਿਸ ਪਲੀਜ਼ ਨੋਟ ਕਰ ਲੈਣ, ਜਿਹੜੀ ਟੀਮ ਪਰਫਾਰਮੈਂਸ ਕਰਨ ਆ ਰਹੀ ਹੈ ਉਹ ਹੈਗੀ ਹੈ CAC ਡਿਪਾਰਟਮੈਂਟ ਤੋਂ, ਫਰੋਮ ਗਰੁੱਪ 1। ਥੈਂਕ ਯੂ, ਥੈਂਕ ਯੂ। Thank you.
ਅੱਜ ਭੰਗੜੇ ਚ ਕਮਾਲਾਂ ਕਰਦੀਆਂ ਨੇ, ਲੈ ਕੇ ਰੰਗ ਲੈ ਦੁਪੱਟੇ ਰੰਗ ਰੂਪ ਸੋਹਣਾ, ਹੁਣ ਨਾ ਜੱਟੀਆਂ ਪੰਜਾਬ ਦੀਆਂ ਹਰਦੀਆਂ ਨੇ, ਹੁਣ ਨਾ ਜੱਟੀਆਂ ਪੰਜਾਬ ਦੀਆਂ ਹਰਦੀਆਂ ਨੇ।
ਪਈ ਹੁਣ ਸਾਡੀਆਂ ਆਈਟੀ ਦੀਆਂ ਸੋਹਣੀਆਂ ਮੁਟਿਆਰਾਂ ਦੀ ਪਰਫਾਰਮੈਂਸ ਤੇ ਵੀ ਇੱਕ ਵਾਰ ਹੋਰ ਤਾੜੀਆਂ ਹੋ ਜਾਣ। ਹੁਣ ਸਾਡੇ ਵਿੱਚ ਇੱਕ ਮਹਾਨ ਸ਼ਖਸੀਅਤ ਸਰਦਾਰ ਬਲਵੰਤ ਭਿੱਖੀ, ਗੋਲਡ ਮੈਡਲੀ ਸਪੀਕਰ ਪੰਜਾਬ ਪੁਲਿਸ ਤੋਂ ਸਾਡੇ ਵਿੱਚ ਮੌਜੂਦ ਨੇ। ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਸਟੇਜ 'ਤੇ ਆ ਕੇ ਸਾਡੇ ਨਾਲ ਆਪਣੇ ਅਨਮੋਲ ਵਚਨ ਸਾਂਝੇ ਕਰਨ। ਥੈਂਕ ਯੂ। ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ, ਸਿੱਖਿਆ ਪ੍ਰਾਪਤੀਆਂ ਦੀਆਂ ਬੁਲੰਦੀਆਂ ਦੇ ਅੰਦਰ ਲੁਧਿਆਣੇ ਦਾ ਦੇਸ਼ ਭਰ ਦੇ ਉੱਪਰ ਨਾਮ ਉੱਚਾ ਕਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਦੇ ਅੱਜ ਦੇ ਬਹੁਤ ਖੂਬਸੂਰਤ ਵਿਹੜੇ ਦੇ ਅੰਦਰ ਸਜੇ ਫੱਬੇ ਮਾਹੌਲ 'ਚ ਅੱਜ ਦੇ ਇਸ ਸਾਰੇ ਪ੍ਰੋਗਰਾਮ ਦੇ ਅੰਦਰ ਤੁਹਾਡੇ ਚਿਹਰਿਆਂ ਦੀ ਝਲਕ ਦੱਸ ਰਹੀ ਹੈ, ਤੁਹਾਡੇ ਚਿਹਰਿਆਂ ਦਾ ਨੂਰ ਦੱਸ ਰਿਹਾ ਕਿ ਤੁਸੀਂ ਸਿੱਧੂ ਮੂਸੇਵਾਲਾ ਜੀਆਂ ਦੇ ਡੈਡੀ ਦਾ, ਉਹਨਾਂ ਦੀ ਮਾਤਾ ਜੀਆਂ ਦਾ ਦਿਲ ਜਿੱਤਿਆ ਅਤੇ ਅੱਜ ਦੇ ਪ੍ਰੋਗਰਾਮ ਦੀ ਸਫਲਤਾ ਤੁਹਾਡੇ ਨਾਂ ਹੈ। ਅਤੇ ਮੈਂ ਮਾਨਯੋਗ ਪ੍ਰਿੰਸੀਪਲ ਸਾਹਿਬ ਸਹਿਜਪਾਲ ਜੀ ਔਰ ਇਹਨਾਂ ਦੇ ਨਾਲ ਬੈਠੀ ਹੋਈ ਬਹੁਤ ਕਾਬਲ ਨਿਪੁੰਨ ਹੁਨਰਮੰਦ ਟੀਮ ਜਿਹੜੀ ਇਸ ਕਾਲਜ ਦੇ ਜਰਿਆਂ ਦੇ ਉੱਪਰ ਕਦਮ ਕਦਮ ਦੇ ਉੱਪਰ ਰੋਮ ਰੋਮ ਦੇ ਉੱਪਰ ਕਲਚਰ ਔਰ ਸੱਭਿਆਚਾਰ ਦੇ ਰਾਹੀਂ ਤੁਹਾਡੇ ਅੰਦਰ ਜੋਸ਼ ਜਜ਼ਬਾ ਜਨੂਰ ਭਰਨ ਦਾ ਇਹ ਦੋ ਦਿਨ ਦਾ ਜਿਹੜਾ ਆਨੰਦ ਉਤਸਵ ਰੱਖਿਆ, ਮੈਂ ਦੇਖ ਰਿਹਾ ਕਲਾ ਦਾ ਬੜਾ ਉੱਤਮ ਨਮੂਨਾ ਮਾਨਯੋਗ ਜਿਹੜੇ ਚੇਅਰਮੈਨ ਸਾਹਿਬ ਹੈ ਇਹਨਾਂ ਦੀ ਕਾਬਲ ਹੁਨਰਤਾ ਦੇ ਤਰਾਸ਼ੇ ਹੋਏ ਫਿਲਮੀ ਹੀਰੋਆਂ ਦੇ ਪਰਦਿਆਂ ਦੇ ਉੱਪਰ ਆਪਦਾ ਨਖਰਾ ਖਡਾਉਣ ਵਾਲੀਆਂ ਅਦਾਵਾਂ ਦੇ ਨਾਲ ਤੁਹਾਡੇ ਸਰੀਲੀ ਲਬਾਂ ਦੀ ਆਵਾਜ਼ ਦਾ ਇਹ ਖਿੱਚ ਪੈਦਾ ਕਰ ਰਹੇ ਹੈ। ਮੈਂ ਮਾਨਯੋਗ ਮਨਦੀਪ ਸਿੰਘ ਸਿੱਧੂ ਸਾਹਿਬ ਸੀ ਪੀ ਲੁਧਿਆਣਾ ਜੀ ਵੱਲੋਂ ਸਮੁੱਚੀ ਪੰਜਾਬ ਪੁਲਿਸ ਦੇ ਵੱਲੋਂ ਇਹ ਦੋ ਰੋਜ਼ਾ ਪ੍ਰੋਗਰਾਮ ਦੇ ਅੰਦਰ ਅਸੀਂ ਦੁਆ ਕਰਦੇ ਹਾਂ ਕਿ ਸਾਡੇ ਇਸ ਕਾਲਜ ਦੇ ਮਾਣ ਭਰੇ ਭਵਿੱਖ ਨੂੰ ਸੁਨਹਿਰੀ ਇਤਿਹਾਸ ਦੇ ਪਰਤਾਂ ਦੇ ਉੱਪਰ ਆਪਣਾ ਦਮਦਾਰ ਰੋਲ ਲਵਾਉਣ ਵਾਲੇ ਸਾਰੇ ਸਤਿਕਾਰਯੋਗ ਸਾਡੇ ਵਿਦਿਆਰਥੀ ਜਿੰਨੇ ਇੱਥੇ ਬੈਠੇ ਹੋ ਅਤੇ ਸਾਨੂੰ ਖੁਸ਼ੀ ਹੈ ਅਤੇ ਸਾਰੀ ਪੰਜਾਬ ਪੁਲਿਸ ਵੀ ਸਲੂਟ ਪੇਸ਼ ਕਰਦੀ ਹੈ ਸਾਡੀ ਸਾਰੀ ਮੈਨੇਜਮੈਂਟ ਨੂੰ ਇੰਨੇ ਕਾਬਲ ਬਿਹਤਰੀਨ ਔਰ ਹਮੇਸ਼ਾ ਤੁਹਾਡੇ ਚਿੱਤ ਚੇਤੇ ਅਤੇ ਧਿਆਨ ਸਿਮਰਤੀਆਂ ਅੰਦਰ ਵਸਣ ਵਾਲੇ ਪ੍ਰੋਗਰਾਮ ਨੂੰ। ਮੈਨੂੰ ਪਤਾ ਹੈ ਕਿ ਮੰਚ ਦੇ ਉੱਪਰ ਪੇਸ਼ ਹੋ ਰਹੀਆਂ ਪੇਸ਼ਕਾਰੀਆਂ ਦੇ ਨਾਲ ਤੁਹਾਡੇ ਹਿਰਦੇ ਤੰਤਰ ਦਾ, ਤੁਹਾਡੇ ਰੂਹ ਦੀ ਧੜਕਣ ਦਾ ਪਿਆਰ ਜੁੜਿਆ, ਲੇਕਿਨ ਮੈਂ ਇੰਨੀਆਂ ਸੋਹਣੀਆਂ ਦਸਤਾਰਾਂ ਦੇ ਨਾਲ ਇੰਨੇ ਤੇਰੇ ਚਮਕਦੇ ਚਿਹਰਿਆਂ 'ਚ ਇੱਕ ਪੰਜਾਬੀ ਦੀ ਬੋਲੀ ਹੈ ਕਿ ਮੁੰਡਿਆ ਪੰਜਾਬ ਦੇ ਆ ਫੁੱਲ ਹੋਏ ਗੁਲਾਬ ਦਿਆ, ਤੇਰੇ ਮੁੱਖੜੇ 'ਤੇ ਪੰਜਾਂ ਪਾਣੀਆਂ ਦੀ ਆਬ ਹੋਏ, ਗਿੱਧਿਆਂ 'ਤੇ ਭੰਗੜਿਆਂ 'ਚ ਵਸਦਾ ਪੰਜਾਬ ਹੋਏ, ਵਸਦਾ ਪੰਜਾਬ ਇੱਕ ਹੱਸਦਾ ਪੰਜਾਬ ਹੋਏ, ਹੇ ਕੁੱਤੇ ਰੋਕਦੇ ਮੈਂ ਬੈਰੀਆਂ ਦੇ ਹੱਲੇ, ਸ਼ੇਰਾ ਤੇਰੇ ਵਾਰ ਤਾਂ ਪਹਾੜਾਂ ਨੇਰੀ ਚੱਲੇ, ਬਾਰੇ ਬਾਰੇ ਜਾਵਾਂ ਤੇਰੇ ਡੌਲਿਆਂ 'ਤੇ ਬਾਹਾਂ ਦੇ, ਬਹਿਣ ਰੋਕ ਦਿੱਤੇ ਜਿਹਨੇ ਵੱਡੇ ਦਰਿਆਵਾਂ ਦੇ, ਕੱਢ ਨਹਿਰਾ ਗੋਰੀਆਂ ਕਿੱਥੇ ਕਿੱਥੇ ਤੋਰੀਆਂ, ਤਾਜ ਹੋਏ ਨਵਾਬ ਦਿਆ, ਮੁੰਡਿਆ ਪੰਜਾਬ ਦਿਆ ਫੁੱਲ ਹੋਏ ਗੁਲਾਬ ਦਿਆ। ਅੱਜ ਇੰਨੇ ਮਹਿਕ ਭਰੇ ਵਾਤਾਵਰਨ ਦੇ ਅੰਦਰ ਅਸੀਂ ਤੁਹਾਡੇ ਕੋਲ ਪਿਆਰ ਭਰੇ ਇਹਨਾਂ ਕੁ ਲਫ਼ਜ਼ਾਂ ਦੇ ਨਾਲ ਮੈਂ ਤੁਹਾਡੀ ਗਹਿਗੱਚ ਖੱਚਾ ਖੱਚ ਭਰੇ ਹੋਏ ਇੰਡੋਰ ਸਟੇਡੀਅਮ ਦੇ ਅੰਦਰ ਤੁਹਾਡੇ ਗਿਆਨ ਮਨ ਮੰਦਰ ਨੂੰ ਪਿਆਰ ਅਤੇ ਸਤਿਕਾਰ ਵਜੋਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਪੰਜਾਬ ਦੇ ਅੰਦਰ ਨਸ਼ਾ ਵਰਗੀ ਖੂੰਖਾਰ ਬੁਰਾਈ ਨੂੰ, ਮੈਨੂੰ ਨਸ਼ਾ ਦੇ ਖਿਲਾਫ਼ ਬੋਲਣ ਦਾ ਸਾਰੇ ਜ਼ਿਲ੍ਹੇ ਦੇ ਅੰਦਰ ਕਾਲਜਾਂ ਯੂਨੀਵਰਸਿਟੀਆਂ 'ਚ ਮੌਕਾ ਮਿਲ ਰਿਹਾ ਹੈ ਅਤੇ ਤੁਹਾਡੇ ਕੋਲ ਵੀ ਅਸੀਂ ਜਲਦੀ ਆ ਕੇ ਇੱਕ ਵੱਡਾ ਪ੍ਰੋਗਰਾਮ ਗੁਰੂ ਨਾਨਕ ਇੰਜੀਨੀਅਰ ਕਾਲਜ ਵੱਲੋਂ ਪੰਜਾਬ ਦੀਆਂ ਸੱਥਾਂ ਦੇ ਅੰਦਰ, ਚੌਕਾਂ ਦੇ ਅੰਦਰ, ਚੁਰਸਤਿਆਂ ਦੇ ਅੰਦਰ, ਗਲੀਆਂ ਦੇ ਅੰਦਰ ਲੈ ਕੇ ਜਾਵਾਂਗੇ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਬਹੁਤ ਇਕਾਗਰ ਤਿਆਰ ਸਿਮਰਤੀਆਂ ਦੇ ਨਾਲ, ਟਿੱਕੀ ਹੋਈ ਇਕਾਗਰਤਾ ਦੇ ਨਾਲ ਇਹਨਾਂ ਬੋਲਾਂ ਨੂੰ ਸੁਣਨ ਦਾ ਮਾਣ ਦਿੱਤਾ। ਮੈਂ ਪੰਜਾਬ ਪੁਲਿਸ ਵੱਲੋਂ ਸਲਿਊਟ ਪੇਸ਼ ਕਰਦਾ ਹੋਇਆ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਅੱਟ ਪਾਉਂਦੀਆਂ, ਹੱਸਦੀਆਂ ਸੌਂਦੀਆਂ, ਲੁੱਟੀਆਂ ਪਾਉਂਦੀਆਂ, ਜੀਐਨਈ ਦੀਆਂ ਸੋਹਣੀਆਂ ਸੋਹਣੀਆਂ ਵਿਦਿਆਰਥਣਾਂ ਜਿਹੜੀਆਂ ਲੈ ਕੇ ਆ ਰਹੀਆਂ ਨੇ ਜੀ ਵੀ ਲੁੱਟੀ। ਜ਼ੋਰਦਾਰ ਤਾੜੀ ਨਾਲ ਸਵਾਗਤ ਹੋ ਜਾਏ ਇੱਕ ਵਾਰ ਉਹਨਾਂ ਦਾ। I would like to get acquainted with the judges that the upcoming team going to perform is from BBA department. ਜ਼ੋਰਦਾਰ ਤਾੜੀਆਂ ਹੋ ਜਾਣ। Yeah.
ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ।
ਖੇਡਦਾ ਏ ਰੱਬ ਸਾਡੇ ਨਾਲ ਮਾੜਾ ਝੁੰਡਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ ਮਾੜਾ ਮੁੰਡਾਈ ਹੋਵੇ
ਕਹਿੰਦੇ ਨੇ ਹੋਵੇ ਬਦਲਣਾ ਜੀ ਆਪਣੇ ਆਪ ਨੂੰ, ਐਵੇਂ ਗੱਲ ਪਿਆ ਪਹਾੜ ਲੱਗਦਾ, ਉਹ ਵਰਦੀ ਤੋਂ ਕੁਝ ਨਹੀਂ ਪਤਾ ਲੱਗਦਾ, ਉਹ ਵਰਦੀ ਪਾ ਕੇ ਥਾਣੇਦਾਰ ਲੱਗਦਾ, ਵਰਦੀ ਪਾ ਕੇ ਥਾਣੇਦਾਰ ਲੱਗਦਾ, ਕਿਹਦਾ ਪੁੱਤ ਤੇ ਕਿਹਦਾ ਹੋਵੇਗਾ ਪੋਤਾ, ਕਿਹਦਾ ਪੁੱਤ ਤੇ ਕਿਹਦਾ ਹੋਵੇਗਾ ਪੋਤਾ, ਉਹ ਪੱਗ ਬੰਨੇ ਤੋਂ ਸਰਦਾਰ ਲੱਗਦਾ, ਉਹ ਪੱਗ ਬੰਨੇ ਤੋਂ ਸਰਦਾਰ ਲੱਗਦਾ। ਐਵੇਂ ਤਾਂ ਨੱਚਦੇ ਨੇ ਬਥੇਰੇ ਸੰਸਾਰ 'ਚ ਲੋਕ, ਐਵੇਂ ਤਾਂ ਨੱਚਦੇ ਨੇ ਬਥੇਰੇ ਸੰਸਾਰ 'ਚ ਲੋਕ, ਪਰ ਜਿਹੜਾ ਭੰਗੜੇ 'ਚ ਨੱਚੇ ਉਹੀ ਕਲਾਕਾਰ ਲੱਗਦਾ, ਉਹੀ ਕਲਾਕਾਰ ਲੱਗਦਾ। ਤਾਂ ਜੀ ਪੇਸ਼ ਆ ਤੁਹਾਡੇ ਸਾਹਮਣੇ ਜੀ ਐਨੀ ਦੇ ਸੋਹਣੇ ਸੋਹਣੇ ਮੁੱਛ ਪੁੱਟ ਗੱਭਰੂ ਅਤੇ ਮੁਟਿਆਰਾਂ ਦਾ ਭੰਗੜਾ। ਆਈ ਵੁੱਡ ਲਾਈਕ ਟੂ ਗੈਟ ਆਰ ਜਜਿਸ ਅਕੁਇੰਟਡ ਦੈਟ ਦ ਨੈਕਸਟ ਸੀਨ ਦੈਟ ਇਜ਼ ਗੋਇੰਗ ਟੂ ਪਰਫੋਰਮ ਇਜ਼ CSE G2 CSE G2 ਗਰੁੱਪ 2 ਆਫ CSE ਡਿਪਾਰਟਮੈਂਟ। ਇੱਕ ਵਾਰ ਜ਼ੋਰਦਾਰ ਤਾਲੀ ਨਾਲ ਸਵਾਗਤ ਕਰ ਦੋ CSE G2 ਗਰੁੱਪ ਦਾ। ਦੀਨ ਤੇ ਮਾਣ ਨਾਲ ਬੰਨੇ ਹੋਏ ਆ ਦੂਗੇ ਬੰਦਿਆਂ ਦੇ ਵਾਗੂ ਨਾ ਵਿਚਾਰ ਮੁੱਕਦੇ।
ਕਾਫੀ
ਪਾਸ ਨੂੰ ਪੈਲੀ ਲੱਗਦੀ ਡੇਢ ਕਰੋੜ ਦਾ ਕਿੱਲਾ ਨੀ ਸ਼ਹਿਰ ਮੋਹਾਲੀ ਕੋਠੀ ਪਾਲੀ ਗੇੜਾ ਸੈਕਟਰ ਕਰਨ ਸਲਾਮਾਂ ਲੋਕੀ ਜਾਕੇ ਹੱਥ ਪੁੜੇ ਅਠਾਰਾਂ ਅਠਾਰਾਂ ਵੀ ਕੌਣਾ ਮਰਕਾਂ ਵਾਲੇ ਜੱਟ ਪੁੜੇ
ਤਾਂ ਕਰਵਾ ਲਈਏ ਵੀ ਫਿਰ ਸ਼ੁਰੂ ਹੋ ਗਈ ਪਰਫਾਰਮੈਂਸ। ਤਾਂ ਲਓ ਫਿਰ ਗੱਲਾਂ ਤੇ ਲਾਲੀ ਤੇ ਬੁੱਲਾਂ ਤੇ ਮੁਸਕਾਨ ਲੈ ਕੇ ਆ ਰਹੀ ਹੈ ਸਾਡੀ ਅਗਲੀ ਟੀਮ ਭੰਗੜਾ ਭੰਗੜਾ ਭੰਗੜਾ। Thank you.
ਲਾਂਗੀ ਕੋਲ ਦੀ ਪਾਸਾ ਵੱਟ ਕੇ ਲਾਂਗੀ ਕੋਲ ਦੀ ਬੱਲੀਏ ਤੂੰ ਚਪਕੀਤੀ ਨੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਨੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਨੀ ਲਾ ਕੇ ਤੋੜ ਗਈ ਲੁੱਟਣਾ ਸੀ ਮਿਲਣਾ ਸੀ ਲੁੱਟੇ ਚੱਲੇ ਨੱਚ ਨੱਚ ਘੋੜਾ ਸੀ ਪੁੱਟੇ ਚੱਲੇ ਲੁੱਟਣਾ ਸੀ ਮਿਲਣਾ ਸੀ ਲੁੱਟੇ ਚੱਲੇ ਨੱਚ ਨੱਚ ਘੋੜਾ ਸੀ ਪੁੱਟੇ ਚੱਲੇ ਬੰਦਗੀ ਵੀ ਹੋਤੀ ਹੈ ਕੁਛ ਪਲ ਝੂਮ ਕੇ ਤੋ ਦੇਖੋ ਯਾਰੋ ਨਾਚਨਾ ਜ਼ਿੰਦਗੀ ਵੀ ਹੋਤੀ ਹੈ ਨਾਚਨਾ ਜ਼ਿੰਦਗੀ ਵੀ ਹੋਤੀ ਹੈ ਜ਼ਿੰਦਗੀ ਕਾ ਹਰ ਪਲ ਵੋ ਉਤਸਵ ਐਸਾ ਕ੍ਰਿਤਯ ਹੋ ਜਾਏ ਕਦਮ ਐਸੇ ਪੜੇ ਧਰਤੀ ਪਰ ਜੀਵਨ ਨ੍ਰਿਤਯ ਹੋ ਜਾਏ ਜੀਵਨ ਨ੍ਰਿਤਯ ਹੋ ਜਾਏ ਆਨੰਦ ਉਤਸਵ ਕੀ ਉਡਾਨ ਮੇ ਥੋੜੀ ਸੀ ਟਰਬੁਲੈਂਸ ਹੋਣੇ ਵਾਲੀ ਆਓ ਜੀ ਆਓ ਮਰੇ ਚਲ ਪਾਦੇ ਬਾਜ਼ਾਰ ਸਾਹੂ
ਕਰਾਉਂਗੀ। ਹੈਰੀ ਇਮੀਗ੍ਰੇਸ਼ਨ ਇੱਕ ਬਹੁਤ ਹੀ ਭਰੋਸੇਮੰਦ ਇਮੀਗ੍ਰੇਸ਼ਨ ਕੰਸਲਟੈਂਟ ਸੀ। ਕੈਨੇਡਾ ਹੋ ਗਿਆ, US ਹੋ ਗਿਆ, ਆਸਟ੍ਰੇਲੀਆ ਹੋ ਗਿਆ, ਉੱਥੇ ਜਾ ਕੇ ਪੜ੍ਹਨ ਦਾ, ਸੈਟਲ ਡਾਊਨ ਹੋਣ ਦਾ ਸੁਪਨਾ ਤਾਂ ਹਰੇਕ ਦਾ ਹੁੰਦਾ, ਪਰ ਇਹ ਭੈੜੇ ਰਿਫਿਊਜ਼ਲ ਇਹਨਾਂ ਕਰਕੇ ਲੱਗਦਾ ਸੁਪਨਾ ਸੁਪਨਾ ਹੀ ਰਹਿ ਜਾਣਾ। ਪਰ ਹੁਣ ਨਹੀਂ, ਕਿਉਂਕਿ ਹੈਰੀ ਇਮੀਗ੍ਰੇਸ਼ਨ ਹੈ CICC ਕੈਨੇਡਾ ਦੇ ਮੈਂਬਰ, ਸੋ ਹੁਣ ਰਿਫਿਊਜ਼ਲ ਦੀ ਕੋਈ ਟੈਨਸ਼ਨ ਨਹੀਂ। ਚਾਹੇ ਤੁਸੀਂ ਸਟੱਡੀ ਵੀਜ਼ਾ ਲੈਣਾ ਹੈ, ਚਾਹੇ ਵਰਕ ਵੀਜ਼ਾ ਲੈਣਾ ਹੈ, ਚਾਹੇ ਦੇਸ਼ ਵਿਦੇਸ਼ ਦੀ ਸੈਰ ਕਰਨ ਲਈ ਟੂਰਿਸਟ ਵੀਜ਼ਾ ਲੈਣਾ ਹੈ, ਤੁਸੀਂ ਹੈਰੀ ਇਮੀਗ੍ਰੇਸ਼ਨ ਨੂੰ ਬੇਫਿਕਰ ਹੋ ਕੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ITI ਵਰਗੇ ਕੋਰਸਿਸ ਵੀ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਸੋ ਅੱਜ ਹੀ ਸੰਪਰਕ ਕਰੋ ਹੈਰੀ ਇਮੀਗ੍ਰੇਸ਼ਨ ਨੂੰ। ਫਰਾਡ ਤੋਂ ਬਚਣ ਲਈ ਇੱਕ ਹੀ ਕੰਸਲਟੈਂਟ, ਹੈਰੀ ਇਮੀਗ੍ਰੇਸ਼ਨ। ਸੋ ਚਲੋ ਹੁਣ ਆਪਾਂ ਵੱਧਦੇ ਹਾਂ ਆਪਣੇ ਅਗਲੇ ਇਵੈਂਟ ਵੱਲ। ਸੱਭਿਆਚਾਰ, ਸੱਭਿਆਚਾਰ ਦੋ ਸ਼ਬਦਾਂ ਦਾ ਮੇਲ, ਸੱਭਿਅਤਾ ਅਤੇ ਆਚਰਣ, ਠੀਕ ਹੈ ਜੀ। ਅਤੇ ਸਮਾਜ ਵਿੱਚ ਵਿਚਰਨ ਨੂੰ, ਰਹਿਣ ਸਹਿਣ ਦੇ ਤਰੀਕੇ ਨੂੰ ਆਪਾਂ ਕਹਿੰਦੇ ਹਾਂ ਸੱਭਿਆਚਾਰ, ਠੀਕ ਹੈ। ਅਤੇ ਹੁਣ ਅੱਗੇ ਵਧਾਂਗੇ ਫੋਕ ਡਾਂਸਿਸ ਵੱਲ। ਫੋਕ ਡਾਂਸਿਸ ਦੀ ਗੱਲ ਹੋਵੇ ਅਤੇ ਭੰਗੜਾ ਨਾ ਪਵੇ, ਐਵੇਂ ਤਾਂ ਹੋ ਹੀ ਨਹੀਂ ਸਕਦਾ, ਕਿਉਂ ਆਯੂਸ਼ ਜੀ? ਜੀ ਸਹੀ ਕਹਿ ਰਹੇ ਹੋ, ਅਤੇ ਲਓ ਜੀ ਫਿਰ ਬੁਲਾ ਲਈਏ ਚੋਪੜਾ ਨੂੰ। ਜ਼ਰੂਰ ਜ਼ਰੂਰ ਬੁਲਾਓ, ਬੁਲਾ ਲਈਏ। ਲਓ ਫਿਰ ਇਹ ਰੱਬ ਵਾਜੋ ਕੋਈ ਸ਼ਹਿਨ ਐਸੀ ਜੋ ਸਾਨੂੰ ਆਣ ਝੁਕਾਵੇ, ਰੱਬ ਵਾਜੋ ਕੋਈ ਸ਼ਹਿਨ ਐਸੀ ਜੋ ਸਾਨੂੰ ਆਣ ਝੁਕਾਵੇ, ਆਪਣੇ ਕੌਲ ਕਰਾਰਾਂ ਨੂੰ ਸਿਰ ਤਲੀ ਤੇ ਰੱਖ ਨਿਭਾਵੇ। ਉਹ ਪਿਆਰ ਨਾਲ ਤਾਂ ਸਾਡੀ ਜਾਨ ਮੰਗ ਲਓ, ਉਹ ਪਿਆਰ ਨਾਲ ਭਾਵੇਂ ਸਾਡੀ ਜਾਨ ਮੰਗ ਲਓ, ਪਰ ਜੰਮਿਆ ਨਹੀਂ ਕੋਈ ਐਸਾ ਜੋ ਘੂਰੀ ਵੱਟੇ ਸੁੱਕਾ ਲੰਘ ਜਾਵੇ, ਘੂਰੀ ਵੱਟ ਕੇ ਸੁੱਕਾ ਲੰਘ ਜਾਵੇ। ਲਓ ਜੀ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਨੇ ਪੰਜਾਬ ਦਾ ਜੱਗ ਪ੍ਰਸਿੱਧ ਲੋਕ ਨਾਚ ਭੰਗੜਾ, ਭੰਗੜਾ, ਭੰਗੜਾ।
ਲੱਗਦਾ ਧੁੱਪ ਤੇ ਗਰਮੀ ਨੇ ਜੋਰ ਠੰਡਾ ਕਰਤਾ ਨਹੀਂ ਕੀਤਾ ਮਾਂ ਬੋਲੀ
ਦਰਿਆਵਾਂ ਨੂੰ ਬੰਨ ਲਾ ਦਿਆਂ ਪਰਬਤ ਚੀਰ ਵਿਖਾਵਾਂ, ਦੁੱਖ ਮੁਸੀਬਤ ਮੇਰੇ ਕੋਲੋਂ ਰਹਿੰਦੀ ਪਰੇ ਪਰੇ, ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ, ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ। ਲਓ ਜੀ, ਸੱਦਾ ਦੇਣ ਲੱਗਿਆ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ F1 ਟੀਮ ਨੂੰ, ਜੋ ਕਿ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਪੰਜਾਬ ਦਾ ਜੱਗ ਪ੍ਰਸਿੱਧ ਲੋਕ ਨਾਚ ਭੰਗੜਾ। ਸੀ
ਵੇ ਤੂੰ ਦੇਸ ਵਸਾ ਲਿਆ ਕਿਹੜਾ ਪੰਛੀ ਮੁੜ ਘਰਾਂ ਨੂੰ ਆ ਗਏ ਕਿਉਂ ਚਿੱਤ ਨਹੀਂ ਕਰਦਾ ਤੇਰਾ ਗੁਲਾਮ ਫਰੀਦਾ ਕਿ ਉਹ ਕਰ ਨਹੀਂ ਵਸਦੇ ਕਿ ਜਿੱਥੇ ਇਸ਼ਕ ਨੇ ਲਾਇਆ ਡੇਰਾ ਕਿ ਜਿੱਥੇ ਇਸ਼ਕ ਨੇ ਲਾਇਆ ਡੇਰਾ ਮੋੜ ਤੇ ਮੁੱਕ ਜਾਵੇ ਰਾਹ ਜਾਣ ਵਾਲਿਆ
ਓਕੇ ਸੋ ਆਈਸੀ ਸਟੇਜ ਦੇ ਉੱਤੇ ਮੈਂ ਵੀ ਪਰਫੋਰਮ ਕਰਦਾ ਹੁੰਦਾ ਸੀ ਕਿਸੇ ਟਾਈਮ, ਅੱਜ ਦੀਆਂ ਸਾਰੀਆਂ ਪਰਫੋਰਮੈਂਸ ਦੇਖ ਕੇ ਮੈਨੂੰ ਆਪਣਾ ਟਾਈਮ ਯਾਦ ਆ ਗਿਆ। ਮੇਰੇ ਨਾਲ ਦੇ ਕੁਛ ਅਲੂਮਨੀ ਸਾਥੀ ਅੱਜ ਕਾਲਜ ਆਏ ਹੋਏ ਨੇ ਅਤੇ ਅਸੀਂ ਇਕੱਠੇ ਪਰਫੋਰਮ ਕਰਦੇ ਰਹੇ ਹਾਂ, ਅਤੇ ਮੈਂ ਰਿਕੁਐਸਟ ਕਰਦਾ ਜਿਹੜੇ ਮੇਰੇ ਅਲੂਮਨਾਈ ਨਾਲ ਦੇ ਅੱਜ ਕਾਲਜ ਦੇ ਇਸ ਪੰਡਾਲ 'ਚ ਹਾਜ਼ਰ ਨੇ, ਪਲੀਜ਼ ਇੱਕ ਵਾਰੀ ਸਟੇਜ 'ਤੇ ਆ ਜਾਓ, ਇੱਕ ਛੋਟੀ ਜਿਹੀ ਪਰਫੋਰਮੈਂਸ ਕਾਲਜ ਦੇ ਅਲੂਮਨਾਈ ਵੱਲੋਂ, ਕਾਲਜ ਦੇ ਅਲੂਮਨਾਈ ਜੀ ਐੱਨ ਈ ਭੰਗੜਾ ਟੀਮ। ਹਾਂਜੀ ਸਾਰੇ, ਮੇਰਾ ਵੀ ਕਈ ਵਾਰੀ ਕਿਸੇ ਦਾ ਨਾਮ ਮਿਸ ਹੋ ਜਾਂਦਾ, ਸਾਰੇ ਜਿੰਨੇ ਵੀ ਅਲੂਮਨਾਈ ਜੀ ਐੱਨ ਈ ਦੇ ਨੇ, ਜੀ ਐੱਨ ਈ ਭੰਗੜਾ ਟੀਮ ਦਾ ਪਾਰਟ ਰਹੇ ਨੇ, ਉਹ ਪਲੀਜ਼ ਸਟੇਜ 'ਤੇ ਆ ਜਾਓ। ਹਾਂਜੀ ਦਲਜਿੰਦਰ ਸਰ ਆ ਜਾਓ, ਗੁਰਮਨ ਜੀ ਤੁਸੀਂ ਸਾਡੇ ਨਾਲ ਬੋਲੀਆਂ ਪਾਉਂਦੇ ਰਹੇ ਹੋ, ਆ ਜਾਓ ਜੀ ਸਟੇਜ 'ਤੇ। ਉਦੋਂ ਤੱਕ ਜੱਜਿਸ ਆਪਣਾ ਰਿਜ਼ਲਟ ਕੰਪਾਈਲ ਕਰ ਰਹੇ ਨੇ, ਇੱਕ ਛੋਟੀ ਜਿਹੀ ਪਰਫੋਰਮੈਂਸ ਸਾਡੇ ਅਲੂਮਨੇ ਵੱਲੋਂ, ਪਲੱਸ ਜਿਹੜੇ ਅੱਜ ਦੇ ਸਾਡੇ ਜੱਜਮੈਂਟ ਪੈਨਲ ਦਾ ਹਿੱਸਾ ਨੇ ਅਰਪਿਤ ਸ਼ਰਮਾ ਐੱਸ ਡੀ ਓ ਦਰਾਹਾ, ਉਹ ਵੀ ਇਸ ਕਾਲਜ ਦੀ ਭੰਗੜਾ ਟੀਮ ਦਾ ਹਿੱਸਾ ਰਹੇ, ਨੈਸ਼ਨਲ ਟੀਮ ਤੱਕ ਪਰਫੋਰਮ ਕੀਤਾ ਹੋਇਆ ਇਹਨਾਂ ਨੇ ਵੀ। ਹਾਂਜੀ ਸਾਰੇ ਪਲੀਜ਼, ਗਿਆਨੀ ਸਤਾਰ ਜੀ, ਸਤਾਰ ਜੀ ਮਾਇਆ ਵੇ ਮਾਇਆ ਚੱਲ ਮੇਲੇ ਨੂੰ ਚੱਲੀਏ, ਮਾਇਆ ਵੇ ਮਾਇਆ ਚੱਲ ਮੇਲੇ ਨੂੰ ਚੱਲੀਏ, ਵੱਜਦੇ ਨੇ ਜਿੱਥੇ ਅੱਜ ਢੋਲ ਵੇ ਮਾਇਆ, ਮਾਲਵੇ ਦੇ ਝੁੱਬਰ ਅੱਜ ਮਸਤੀ 'ਚ ਝੂਮਦੇ ਝੂਮਦੇ ਨੇ ਗਾਗੀ ਜਿਵੇਂ ਮੋਰ ਵੇ ਮਾਇਆ, ਵਿੱਚ ਥਰਡ ਪੋਜੀਸ਼ਨ ਤੋਂ ਸ਼ੁਰੂ ਕਰਦੇ ਹਾਂ ਜੀ। ਥਰਡ ਪੋਜੀਸ਼ਨ 'ਤੇ ਦੋ ਜਣੇ ਨੇ, ਜਸਪ੍ਰੀਤ ਕੌਰ ਅਤੇ ਅੰਮ੍ਰਿਤਪ੍ਰੀਤ ਕੌਰ। ਅੰਮ੍ਰਿਤਪ੍ਰੀਤ ਕੌਰ ਐੱਮ ਸੀ ਏ, ਜਸਪ੍ਰੀਤ ਕੌਰ ਐੱਮ ਬੀ ਏ। ਸੈਕਿੰਡ ਪੋਜੀਸ਼ਨ ਤ੍ਰਿਸ਼ਾ ਆਈ ਟੀ। ਫਸਟ ਪੋਜੀਸ਼ਨ ਤਰਨਪ੍ਰੀਤ ਕੌਰ ਸੀ ਐੱਸ ਸੀ। ਗਰੁੱਪ ਡਾਂਸਿਸ ਦੇ ਵਿੱਚ ਫਸਟ ਪੋਜੀਸ਼ਨ
ਗਰੁੱਪ ਡਾਂਸਿਸ ਦੇ ਵਿੱਚ ਥਰਡ ਪੋਜੀਸ਼ਨ ਸੀ ਏ ਕੰਪਿਊਟਰ ਐਪਲੀਕੇਸ਼ਨਸ ਸੈਕਿੰਡ ਪੋਜੀਸ਼ਨ ਸੀ ਐੱਸ ਸੀ ਜੀ ਟੂ ਫਸਟ ਪੋਜੀਸ਼ਨ ਈ ਈ ਦੇ ਵਿੱਚ ਸਾਰੇ ਬੱਚੇ ਜਦੋਂ ਸਟੇਜ 'ਤੇ ਆਉਂਦੇ ਸਾਨੂੰ ਪਤਾ ਕਿ ਜ਼ੋਰ ਲੱਗਦਾ ਨਵੇਂ ਬੱਚੇ ਹੁੰਦੇ ਨੇ ਕਿਵੇਂ ਮਿਹਨਤ ਨਾਲ ਤਿਆਰੀ ਕਰਦੇ ਨੇ ਸਾਰਾ ਕੁਛ ਕਰਦੇ ਨੇ ਪਰ ਸਟੇਜ 'ਤੇ ਕਈ ਵਾਰੀ ਕੁਛ ਚੀਜ਼ਾਂ ਹੋ ਜਾਂਦੀਆਂ ਨੇ ਅਤੇ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਫਿਰ ਵੀ ਅਸੀਂ ਇੰਨਾ ਕੁ ਦੇਖਦੇ ਹਾਂ ਕਿ ਚਲੋ ਤੁਸੀਂ ਸਟੇਜ 'ਤੇ ਆਏ ਹੋ ਕਈ ਬੱਚੇ ਇਹ ਵੀ ਹੋਣੇ ਆ ਕਿ ਪਹਿਲੀ ਵਾਰ ਸਟੇਜ 'ਤੇ ਆਏ ਇਸ ਕਰਕੇ ਅਸੀਂ ਥਰਡ ਪੋਜੀਸ਼ਨ 'ਤੇ ਦੋ ਟੀਮਾਂ ਈ ਈ ਐੱਫ 1 ਈ ਈ ਐੱਫ 2 ਦੋਵੇਂ ਥਰਡ ਪੋਜੀਸ਼ਨ 'ਤੇ ਨੇ ਸੈਕਿੰਡ ਪੋਜੀਸ਼ਨ ਐੱਮ ਈ ਝੂਮਰ ਅਤੇ ਫੋਕ ਡਾਂਸ ਦੇ ਵਿੱਚ ਫਸਟ ਪੋਜੀਸ਼ਨ ਸਿਵਲ ਇੰਜੀਨੀਅਰਿੰਗ ਭੰਗੜਾ ਸੋ ਆਈ ਰਿਕੁਐਸਟ ਪ੍ਰਾਈਜ਼ ਡਿਸਟ੍ਰੀਬਿਊਸ਼ਨ ਟੀਮ ਟੂ ਪਲੀਜ਼ ਜੱਜਿਸ ਦਾ ਐਲਾਈਨ ਹੂ ਇਜ਼ ਦ ਕੋਚ ਆਫ ਆਰ ਕਾਲਜ ਟੀਮ ਥੈਂਕ ਯੂ ਸੋ ਮਚ ਸਰ Mr. Jodhdeep Singh Sethi, your presence has filled the environment with so much positivity and joyousness. Mr. Gurinder Pal Singh Sehra, thank you so much for your benign presence. Last but not the least, Mr. Arpit Sharma, who is the alumni of our own college. Thank you so much, judges, for your valuable time for our students. Now is the time for the results. Okay. We also have Amrit Preet Kaur from MCA, who bagged the third position. On the second position, we have Trisha from IT department. Congratulations to all the winners. The first position is backed by Taranpreet Kaur from CSE. Now we would be honoring the awardees of group dance. Third position is backed by group F2, folk dance group F2. Group F2 of electrical department to please receive your award, folk dance. Okay, so we will be honoring the group dance awardees first. We have the third position from the department of CA,
third prize is backed by CA. Congratulations to all the winners. Your hard work and dedication is the testament of these awards. On the second position, we have CSC Group G2. Group G2 from CSC. Finally, the first position is backed by Electrical Department. Finally, the folk dance. The third position is backed by F1 from Electrical Department. Group F1 from Electrical Department. And it is shared with Group F2, again from the Electrical Department. Folk dance was such a difficult judgment for the judges that they can't decide which team should not get the award. So every team is getting the award. Congratulations to the winners. I also request the group F1 from Electrical to please receive their award. Congratulations, everybody. It is such a joyous moment for all the winners. Your hard work and dedication paid off finally. Good.
The second position for the folk dance is backed by Mechanical Department, Mechanical Engineering Department. We congratulate the winners as they are posing for the picture. The day they have worked so hard for has finally arrived. Finally, the first position is backed by Civil Engineering Group. The students of Civil Engineering Group performed the folk dance and they performed it so well that they got the first position. We also had the fine arts performances and the competition, so the winners of those are also being announced. For second position for photography is backed by Vishal Kumar, and he is grabbing the award. Whereas Gungeet Kaur from photography is receiving the award for first position. Harnoor Kaur is receiving the first prize for Rangoli. Second prize is backed by Vanshika for Rangoli. Whereas Gursimran Kaur for poster making has backed third position. Second position is backed by Pinku, and first position is backed by Sunidhi in poster making competition. We also have the award receiver for on-spot painting. Ashima bagged second position.
ਥੈਂਕ ਯੂ ਸੋ ਮਚ ਜੱਜਸ। ਪਰ ਗੱਲ ਤਾਂ ਫਿਰ ਇੱਦਾਂ ਵੀ ਹੈ, ਜੇ ਆਈ ਪਤਝੜ ਤਾਂ ਫਿਰ ਕੀ ਹੈ, ਤੂੰ ਅਗਲੀ ਰੁੱਤ ਤੇ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਜੀ ਹਾਂ ਜਸਮੀਤ, ਬਿਲਕੁਲ ਸਹੀ ਕਿਹਾ ਤੁਸੀਂ, ਇਹਨਾਂ ਮੁੱਖਾਂ ਤੇ ਮੁਸਕਾਨ ਬਣੀ ਰਹੇ, ਖਿੜੇ ਰਹਿਣ ਤੁਹਾਡੇ ਮੱਥੇ ਜੀ, ਇਸੇ ਤਰ੍ਹਾਂ ਤੁਸੀਂ ਆਨੰਦ ਮਾਣੋ ਹਰ ਇੱਕ ਦਿਨ ਦਾ, ਹੱਸਦੇ ਵੱਸਦੇ ਰਹੋ ਇਕੱਠੇ ਜੀ। ਸੋ ਇਸੇ ਦੇ ਨਾਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੇਰਾ ਮਨ ਬੜਾ ਹੀ ਉਦਾਸ ਹੋ ਰਿਹਾ ਹੈ, ਕਿਉਂਕਿ ਕਿਉਂ ਉਦਾਸ ਹੋ ਰਿਹਾ, ਕਿਉਂਕਿ ਤੁਹਾਨੂੰ ਅਲਵਿਦਾ ਕਹਿਣ ਦਾ ਸਮਾਂ ਵੀ ਨੇੜੇ ਆ ਰਿਹਾ ਹੈ। ਸੋ ਆਓ, ਅੱਜ ਸਾਨੂੰ ਇੱਦਾਂ ਬਿਲਕੁਲ ਨਹੀਂ ਲੱਗਿਆ ਕਿ ਅਸੀਂ ਆਡੀਅੰਸ ਨਾਲ ਮਿਲਾਪ ਕਰ ਰਹੇ ਹਾਂ, ਸਾਨੂੰ ਇੱਦਾਂ ਲੱਗਿਆ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਆਨੰਦ ਉਤਸਵ ਦਾ ਆਨੰਦ ਮਾਣਿਆ। ਬਿਲਕੁਲ। ਸੋ ਆਪ ਸਭ ਨੇ ਬੜਾ ਹੀ ਸਹਿਯੋਗ ਦਿੱਤਾ, ਅਸੀਂ ਤੁਹਾਡੇ ਦਿਲੋਂ ਧੰਨਵਾਦੀ ਹਾਂ। ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਲਦੇ ਜੰਗਲ 'ਚ ਬਰਸਾਤ ਹੋਈ, ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ, ਕਰ ਲਓ ਰੋਸ਼ਨੀ ਦਾ ਬੰਦੋਬਸਤ ਲੋਕੋ। ਤਾਂ ਦੋਸਤੋ, ਕਿਹਾ ਜਾਂਦਾ ਹੈ ਕਿ ਜ਼ਿੰਦਗੀ ਰਹੇ ਤਾਂ ਫਿਰ ਮਿਲਾਂਗੇ, ਪਰ ਮੈਂ ਤੁਹਾਨੂੰ ਕਹਿੰਦਾ ਜੇ ਮਿਲਦੇ ਰਹੇ ਤਾਂ ਜ਼ਿੰਦਾ ਰਹਾਂਗੇ। ਸੋ ਬਹੁਤ ਬਹੁਤ ਧੰਨਵਾਦੀ ਹਾਂ ਜੀ ਤੁਹਾਡੇ, ਜੋ ਤੁਸੀਂ ਇੰਨਾ ਸਹਿਯੋਗ ਦਿੱਤਾ। ਇੱਕ ਦਿਨ ਦੁਨੀਆਂ ਤੇ ਆਏ ਹਾਂ, ਇੱਕ ਦਿਨ ਦੁਨੀਆਂ ਤੋਂ ਜਾਣਾ ਹੈ, ਉਹ ਭੁੱਲ ਨਾ ਜਾਇਓ ਜੀ ਐਨੀ ਵਾਲਿਓ, ਕੱਲ੍ਹ ਨੂੰ ਫਿਰ ਆਉਣਾ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।